ਏਟੀਐਮ ਮਸ਼ੀਨ ਉੱਤੇ ਕੋਈ ਡਿਵਾਈਸ ਫਿੱਟ ਕਰਕੇ ਉਸ ਵਿੱਚੋਂ ਪੈਸੇ ਕਢਵਾਉਣ ਆਏ ਲੋਕਾਂ ਦੇ ਕੋਡ ਪਤਾ ਕਰਕੇ ਧੋਖੇਬਾਜ਼ੀ ਕਰਨ ਵਾਲੇ ਰੋਮਾਨੀਆ ਦੇ ਰਹਿਣ ਵਾਲੇ ਵਿਦੇਸ਼ੀ ਨਾਗਰਿਕ ਪਾਸੋਂ ਪੁਲਿਸ ਨੇ ਇਸ ਚਰਚਿਤ ਮਾਮਲੇ ਵਿੱਚ ਪੁੱਛਗਿੱਛ ਕਰਨ ਲਈ 5 ਦਿਨ ਦਾ ਰਿਮਾਂਡ ਲਿਆ ਹੈ। ਅੰਮ੍ਰਿਤਸਰ ਪੁਲਿਸ ਨੇ ਏਟੀਐਮ ਮਸ਼ੀਨ ਵਿੱਚ ਕਲੋਨਿੰਗ ਮਸ਼ੀਨ ਅਤੇ ਕੈਮਰੇ ਸਮੇਤ ਰੋਮਾਨੀਆ ਨਿਵਾਸੀ ਓਪੇਰਾ ਮੈਰੀਅਸ ਨਾਮਕ ਵਿਅਕਤੀ ਨੂੰ ਕਾਬੂ ਕੀਤਾ ਹੈ। ਇਸ ਪੂਰੇ ਮਾਮਲੇ ਸੰਬੰਧੀ ਏਡੀਸੀਪੀ ਜਗਜੀਤ ਸਿੰਘ ਵਾਲੀਆ ਨੇ ਜਾਣਕਾਰੀ ਦਿੱਤੀ। ਅੰਮ੍ਰਿਤਸਰ ਪੁਲਿਸ ਵੱਲੋਂ ਇੱਕ ਬਹੁਤ ਹੀ ਵਧੀਆ ਕੇਸ ਜਿਹੜਾ ਹੈਗਾ ਇੱਕ ਉਪਲਬਧੀ ਆਈ ਪ੍ਰਾਪਤ ਕੀਤੀ ਹੈ। ਇੱਕ ਸ਼੍ਰੀਪੁਰਾ ਬੱਸ ਸਟੈਂਡ ਦੇ ਲਾਗੇ ਇੱਕ ਪੰਜਾਬ ਐਂਡ ਸਿੰਧ ਬੈਂਕ ਦਾ ਏਟੀਐਮ, ਜਿਹਦੇ ਵਿੱਚ ਜਿਹੜਾ ਕਈ ਲੋਕ ਸੁਣਦੇ ਸੀਗੇ ਵੀ ਕਲੋਨਿੰਗ ਡੈਬਿਟ ਕਾਰਡ ਅਤੇ ਕ੍ਰੈਡਿਟ ਕਾਰਡ ਦੀ ਬਣਾ ਲਈ ਜਾਂਦੀ ਹੈ, ਉਸੇ ਤਰ੍ਹਾਂ ਦਾ ਇੱਕ ਕੇਸ ਜਿਹੜਾ ਸਾਡੇ ਸਾਹਮਣੇ ਆਇਆ। ਇੱਕ ਇਨਫੋਰਮੇਸ਼ਨ ਮਿਲੀ ਕਿ ਉਸ ਏਟੀਐਮ ਦੇ ਵਿੱਚ ਜੋ ਬੈਂਕ ਕਰਮਚਾਰੀਆਂ ਦੁਆਰਾ ਦੱਸਿਆ ਗਿਆ ਚੌਂਕ ਇੰਚਾਰਜ ASA ਸਤਨਾਮ ਸਿੰਘ ਨੂੰ ਕਿ ਉੱਥੇ ਕੋਈ ਗਮ ਟਾਈਪ ਦੀ ਚੀਜ਼ ਏਟੀਐਮ ਨੂੰ ਲੱਗੀ ਹੋਈ ਹੈ, ਜਿਸ ਦੇ ਸੰਬੰਧ ਦੇ ਵਿੱਚ ਬੈਂਕ ਵਾਲਿਆਂ ਨੇ ਉਹ ਏਟੀਐਮ ਬੰਦ ਕਰ ਦਿੱਤਾ ਗਿਆ ਸੀਗਾ। ਲੇਕਿਨ ਅਗਲੇ ਦਿਨ ਜਦੋਂ ਸਵੇਰੇ ਉੱਥੇ ਪਹੁੰਚੇ ਪੁਲਿਸ ਕਰਮਚਾਰੀ ਨਾਲ ਬੈਂਕ ਅਧਿਕਾਰੀ, ਉਸ ਚੀਜ਼ ਨੂੰ ਚੈੱਕ ਕੀਤਾ ਗਿਆ ਜੋ ਉੱਥੋਂ ਦੇ CCTV ਦੇ ਵਿੱਚ ਦੇਖਿਆ ਗਿਆ, ਇੱਕ ਜਿਹੜੇ ਤਰੀਕੇ ਦਾ ਵਿਅਕਤੀ ਜਿਸ ਕੱਪੜਿਆਂ ਦੇ ਵਿੱਚ ਜਿਹੜਾ ਉਹ ਵਿਅਕਤੀ ਸੀਗਾ, ਉਸ ਤਰੀਕੇ ਦੇ ਅਸੀਂ ਬੰਦਿਆਂ ਦੀ ਭਾਲ ਸ਼ੁਰੂ ਕੀਤੀ ਜੋ ਉੱਥੇ ਹੀ ਲਾਗੇ ਜਿਹੜੇ ਉਹਨੇ ਏਟੀਐਮ ਦੇ ਵਿੱਚ ਡਿਵਾਈਸ ਲਗਾਏ ਸੀਗੇ ਉਹ ਉਹਨਾਂ ਨੂੰ ਲੈਣ ਵਾਸਤੇ ਦੁਬਾਰਾ ਉੱਥੇ ਲਾਗੇ ਘੁੰਮ ਰਿਹਾ ਸੀ, ਜਿਨ੍ਹਾਂ ਨੂੰ ਜਦੋਂ ਵੇਖਿਆ ਗਿਆ ਉਹਨੂੰ ਇਮੀਡੀਏਟਲੀ ਉਹਨੂੰ ਭੱਜਣ ਤੋਂ ਰੋਕ ਲਿਆ ਗਿਆ ਅਤੇ ਉਹਨੂੰ ਰਾਊਂਡ ਅਪ ਕੀਤਾ ਗਿਆ। ਇੱਕ ਬਹੁਤ ਅੱਛਾ ਇਹ ਚੀਜ਼ ਟਰੇਸ ਹੋਈ ਹੈ ਜਿਹਦੇ ਵਿੱਚ ਇਹ ਇੱਕ ਵਿਦੇਸ਼ੀ ਨਾਗਰਿਕ ਜਿਹਨੇ ਏਟੀਐਮ ਦੇ ਵਿੱਚ ਜਿਹੜਾ ਡਿਵਾਈਸ ਉਹਨਾਂ ਨੂੰ ਲਗਾਏ ਸੀਗੇ, ਪਿੰਨ ਜਿਹੜਾ ਅਸੀਂ ਕੋਡ ਪਿੰਨ ਕੋਡ ਯੂਜ ਕਰਦੇ ਹਾਂ ਕੋਈ ਵੀ ਡੈਬਿਟ ਕਾਰਡ ਕ੍ਰੈਡਿਟ ਕਾਰਡ ਜਦੋਂ ਏਟੀਐਮ 'ਚ ਇਸਤੇਮਾਲ ਕੀਤਾ ਜਾਂਦਾ ਅਤੇ ਪਹਿਲਾਂ ਕਾਰਡ ਨੂੰ ਅਸੀਂ ਸਵਾਈਪ ਕਰਦੇ ਹਾਂ ਫਿਰ ਆਪਣਾ ਪਿੰਨ ਕੋਡ ਯੂਜ ਕਰਦੇ ਹਾਂ, ਦੋਨਾਂ ਚੀਜ਼ਾਂ ਨੂੰ ਹੀ ਉਹਦਾ ਰਿਕਾਰਡ ਕਰਨ ਵਾਸਤੇ ਜਿਹੜਾ ਡਾਟਾ ਹੈ ਉਹਨੂੰ ਦੇਖਣ ਵਾਸਤੇ ਕਾਰਡ ਦਾ ਉਹ ਕਾਰਡ ਵਾਲੀ ਜਗ੍ਹਾ ਦੇ ਉੱਪਰ ਵੀ ਡਿਵਾਈਸ ਇਹਨੇ ਲਗਾਈ ਸੀਗੀ, ਉਸੇ ਤਰੀਕੇ ਨਾਲ ਜਿਹੜਾ ਅਸੀਂ ਪਿੰਨ ਕੋਡ ਟਾਈਪ ਕਰਦੇ ਹਾਂ ਉਹਨੂੰ ਵੀ ਰਿਕਾਰਡ ਕਰਨ ਵਾਸਤੇ ਉੱਥੇ ਕੈਮਰਾ ਕਾਫੀ ਛੋਟਾ ਜਿਹਾ ਬਰੀਕ ਜਿਹਾ ਇੱਕ ਸਾਰਾ ਸਿਸਟਮ ਕਰਕੇ ਉਹਨੂੰ ਉੱਥੇ ਫਿੱਟ ਕੀਤਾ ਗਿਆ ਸੀ, ਜਿਹੜਾ ਕਿ ਸਾਰਾ ਹੀ ਉਹਨੂੰ ਕਬਜ਼ੇ 'ਚ ਲੈ ਲਿਆ ਗਿਆ। ਉਹ ਵਿਅਕਤੀ ਵੀ ਸਾਡੇ ਕਬਜ਼ੇ 'ਚ ਹੈ ਇਸ ਟਾਈਮ, ਉਸ ਤੋਂ ਅੱਗੇ ਜੋ ਵੀ ਚੀਜ਼ ਹੈਗੀ ਹੈ ਉਹ ਅਸੀਂ ਕਾਰਵਾਈ ਤਫਤੀਸ਼ ਅਸੀਂ ਅਮਲ ਲਿਆ ਰਹੇ ਹਾਂ, ਬਾਕੀ ਦੇਖ ਰਹੇ ਸਾਰੇ ਚੀਜ਼।